ਮਾਇਆ ਕਿ ਜਦੋਂ ਕੁਝ ਵੀ ਨਹੀਂ ਹਾ, ਜਦੋਂ ਅੱਲਾ ਨੇ ਇਰਾਦਾ ਕੀਤਾ ਕਿ ਮੈਂ ਪਹਿਚਾਣਿਆ ਜਾਵਾਂ, ਫਿਰ ਉਸਨੇ ਆਪਣੇ ਨੂਰ ਚੋਂ ਜਿਹੜਾ ਨੂਰ ਤਖਲੀਕ ਕੀਤਾ ਉਹਦਾ ਨਾਮ ਮੁਹੰਮਦ ਹੈ। ਅੱਲਾ ਨੇ ਜਦੋਂ ਤਖਲੀਕ ਕੀਤਾ ਤਾਂ ਫਿਰ ਕੰਨਕਾ ਕਦ ਖੁਲਕਤਾ ਕਮਾ ਤਸ਼ਾਉ ਦਾ ਤਰਜਮਾ ਮੈਂ ਇਹਨਾਂ ਲਫ਼ਜ਼ਾਂ ਨੂੰ ਬਿਆਨ ਕਰਨਾ ਚਾਹੁੰਦਾ। ਇੱਕ ਨਿਆ ਕਲਾਮ ਹੈ ਤੇ ਸੋਚ ਵੀ ਨਵੀਂ ਚਾਹੀਦੀ। ਆ ਭਾਈ ਜੀ ਜਿਹੜਾ ਤੁਸੀਂ ਫਰਮਾਇਸ਼ ਕੀਤੀ ਸੀ ਨਾ, ਇਹ ਮੈਨੂੰ ਮੇਰਾ ਕਲਾਮ ਨਹੀਂ ਲਿਖਿਆ ਹੋਇਆ ਤਾਂ ਮੈਂ ਸੁਣਾ ਦੇਣਾ ਸੀ। ਅੱਲਾ ਕਹਿ ਰਿਹਾ ਆਪਣੇ ਮਹਿਬੂਬ ਨੂੰ ਕੀ ਕਹਿ ਰਿਹਾ, ਕਿਵੇਂ ਤੇਰੀਆਂ ਮੈਂ ਜ਼ੁਲਫਾਂ ਬਣਾਵਾਂ। ਕਿਵੇਂ ਤੇਰੀਆਂ ਜ਼ੁਲਫਾਂ ਬਣਾਵਾਂ ਤੇ ਵੀ ਰੱਬ ਪੁੱਛਿਆ ਕਿਵੇਂ ਤੇਰੀਆਂ ਮੈਂ ਜ਼ੁਲਫਾਂ ਬਣਾਵਾਂ ਤੇਰੀਆਂ ਜ਼ੁਲਫਾਂ ਬਣਾਵਾਂ ਤੇ ਵੀ ਰੱਬ ਪੁੱਛਿਆ ਉਸੀ ਕਿਵੇਂ ਤੇਰੀਆਂ ਮੈਂ ਜ਼ੁਲਫਾਂ ਆਸ਼ਕ ਬੋਲੇ ਤੇ ਜਿਹੜਾ ਅਕਲਮੰਦ ਨਾ ਉਹ ਇੱਕ ਰਸਾ ਕੱਢਿਆ ਵੇ ਬਾਹਰ ਜਾ ਕੇ। ਕਿਵੇਂ ਤੇਰੀਆਂ ਮੈਂ ਜ਼ੁਲਫਾਂ ਬਣਾਵਾਂ ਤੇ ਵੀ ਰੱਬ ਪੁੱਛਿਆ ਹੁਸੀ। ਸ਼ਮਾ ਸਾਊਂਡ ਵਾਲੇ ਮਾਸ਼ਾਅੱਲਾ ਸੋਹਣਾ ਸਾਊਂਡ ਚਲਾ ਰਹੇ ਨੇ ਤੇ ਕੁਝ ਬੰਦੇ ਸੋਚ ਰਹੇ ਨੇ ਵੀ ਕੇਸਟ ਲੈਣ ਤੋਂ ਬਾਅਦ ਫਿਰ ਕੇਸਟ ਲਾਵਾਂਗੇ ਫਿਰ ਦਾਤ ਦੇਵਾਂਗੇ, ਮੌਕੇ ਤੇ ਨਹੀਂ ਦੇਵਾਂਗੇ ਦਾਤ। ਕਿਵੇਂ ਤੇਰੀਆਂ ਮੈਂ ਜ਼ੁਲਫਾਂ ਬਣਾਵਾਂ ਜ਼ੁਲਫਾਂ ਬਣਾਵਾਂ ਪੁੱਛਿਆ ਹੁਸੀ ਕਿਹੜਾ ਰੰਗ ਤੇਰੇ ਮੱਥੜੇ ਤੇ ਲਾਵਾਂ ਤੇ ਵੀ ਰੱਬ ਪੁੱਛਿਆ ਹੁਸੀ ਕਿਵੇਂ ਤੇਰੀਆਂ ਮੈਂ ਜ਼ੁਲਫਾਂ ਬਣਾਵਾਂ ਤੇ ਵੀ ਰੱਬ ਪੁੱਛਿਆ ਹੁਸੀ ਕਿਹੜਾ ਰੰਗ ਤੇਰੇ ਮੱਥੜੇ ਤੇ ਲਾਵਾਂ ਤੇ ਵੀ ਰੱਬ ਪੁੱਛਿਆ ਹੁਸੀ ਕਿਵੇਂ ਸਾਹਮਣੇ ਪੂਰਾ ਸਾਲ ਲੋ ਸਾਹਮਣੇ ਇੱਕੋ ਸ਼ੇਰ ਸੁਣਾ ਕੇ ਲੰਘ ਜਾਣਾ। ਅੱਲਾ ਕੀ ਕਹਿ ਰਿਹਾ ਕਿ ਇਰਾਦੇ ਜ਼ਾਹਿਰ ਕਰ ਰਿਹਾ ਕਿ ਮਹਿਬੂਬ ਮੇਰਾ ਦਿਲ ਕਰਦਾ ਮੈਂ ਤੈਨੂੰ ਇੰਜ ਬਣਾਵਾਂ, ਕਿਵੇਂ ਇਰਾਦਾ ਜ਼ਾਹਿਰ ਕਰ ਰਿਹਾ। ਚੰਨ ਸ਼ਰਮਾਏ ਲੁਕੇ ਖੁਰਸ਼ੀਦੇ ਜਿਹੜਾ ਤੈਨੂੰ ਵੇਖੇ ਉਹਨੂੰ ਹੋਵੇ ਮੇਰੀ ਦੀ ਚੰਨ ਸ਼ਰਮਾਏ ਲਾਲੇ ਤੁਸੀਂ ਬੜੇ ਕੰਜੂਸ ਹੋ, ਕੋਈ ਸ਼ਾਇਦ ਥੋੜਾ ਜਿਹਾ ਬੋਲੋ ਸੁਭਾਨ ਅੱਲਾ ਫਿਰ ਗਾਵਾਂਗਾ ਸ਼ੇਰ। ਚੰਨ ਸ਼ਰਮਾਏ ਲਾਲੇ ਲੁਕੇ ਖੁਰਸ਼ੀਦੇ ਜਿਹੜਾ ਤੈਨੂੰ ਵੇਖੇ ਹੋਵੇ ਮੇਰੀ ਦੀਦੇ ਜੇ ਤੂੰ ਕਵੇਂ ਜ ਮੁਖੜਾ ਸਜਾਵਾਂ ਜੇ ਤੂੰ ਕਵੇਂ ਜ ਮੁਖੜਾ ਸਜਾਵਾਂ ਤੇ ਵੀ ਰੱਬ ਪੁੱਛਿਆ ਹੁਸੀ ਕਿਵੇਂ ਤੇਰੀਆਂ ਮੈਂ ਜ਼ੁਲਫਾਂ ਬਣਾਵਾਂ ਤੇ ਵੀ ਰੱਬ ਪੁੱਛਿਆ ਹੁਸੀ ਕਿਵੇਂ ਤੇਰੀਆਂ ਮੈਂ ਜ਼ੁਲਫਾਂ ਬਣਾਵਾਂ
ਤੇ ਵੀ ਰੱਬ ਪੁੱਛੇ ਚੰਨ ਸ਼ਰਮਾਵੇ ਨਾਲੇ ਲੁੱਕੇ ਖੁਰਸ਼ੀਦ ਜਿਹੜਾ ਤੈਨੂੰ ਵੇਖੇ ਉਹਨੂੰ ਹੋਵੇ ਮੇਰੀ ਦੀਦੇ ਜੇ ਤੂੰ ਕਮੀਜ ਮੁਖੜਾ ਸਜਾਵਾਂ ਤੇ ਵੀ ਰੱਬ ਰੱਬ ਪੁੱਛੇ ਹੋਸੀ ਜੋ ਸਮਝ ਆਈ ਸਵਾਲ ਲਾ ਕੋ ਜਿਹਨੂੰ ਸਮਝ ਆ ਰਹੀ ਜਦੋਂ ਮੈਂ ਬੇਈਮਾਨੀ ਨਹੀਂ ਕਰ ਰਿਹਾ ਤੁਸੀਂ ਕਰ ਰਹੇ ਹੋ ਜੋ ਵਿਸ਼ੇ ਅਗਲਾ ਸ਼ੇਰ ਆਖਰੀ ਹੈ ਕਿਹੜਾ ਇੱਕ ਨਾਰਾ ਲਾਉਂਦਾ ਰਹਿ ਨਾਰਾ ਲਾਉਂਦਾ ਰਹਿ ਨਾਰਾ ਲਾਉਂਦਾ ਰਹਿ ਨਹੀਂ ਨਾਲੇ ਭਾਈ ਨੇ ਬੜੀ ਭਰਪੂਰ ਤਰੀਕੇ ਨਾਲ ਫਰਮਾਇਸ਼ ਕੀਤੀ ਇਸ ਵਕਤ ਪੜ੍ਹਨੀ ਪੈਣੀ ਇਹ ਵੀ ਰੱਬ ਆਖਿਆ ਸਭ ਤੋਂ ਹਸੀਨ ਨੂੰ ਇਹ ਵੀ ਰੱਬ ਆਖਿਆ ਸਭ ਤੋਂ ਹਸੀਨ ਨੂੰ ਜਿੰਨੇ ਵੀ ਨੀ ਨੂਰੀ ਇਹਨਾਂ ਸਭ ਦੀ ਜਬੀਨ ਨੂੰ ਜਿੰਨੇ ਵੀ ਨੀ ਨੂਰੀ ਇਹਨਾਂ ਸਭ ਦੀ ਜਬੀਨ ਨੂੰ ਤੇਰੇ ਸਾਹਮਣੇ ਆਪਣੇ ਝੁਕਾਵਾਂ ਤੇਰੇ ਸਾਹਮਣੇ ਆਪਣੇ ਝੁਕਾਵਾਂ ਤੇ ਵੀ ਰੱਬ ਪੁੱਛੇ ਹੋਸੀ ਕਿਵੇਂ ਤੇਰੀਆਂ ਮੈਂ ਗੁਲਬਾਂ ਬਣ ਤੇ ਵੀ ਰੱਬ ਪੁੱਛੇ ਹੋਸੀ ਅਗਲੇ ਸਾਲ ਸਦੋਗੇ ਤਾਂ ਸੁਣਾਵਾਂਗੇ ਇਨਸ਼ਾਅੱਲਾ ਦਰੂਦ ਦੇ ਪਾਗਲ ਫਿਰ ਪੜ ਲਓ ਦਰੂਦ ਦੇ ਪਾਗ ਪੜੋ ਸੱਲੱਲਾਹੁ ਵਸਲਮ ਅਲੈਕਾ ਜਿਹੜਾ ਤਾਂ ਹਜ਼ੂਰ ਤੇ ਦਰੂਦ ਤੁਸੀਂ